ਤੇ ਮੈਂ ਇੱਕ ਇੱਕ ਮੁਸ਼ਕਿਲ ਦਾ ਹੱਲ ਕਰਨ ਲਈ ਵਚਨਬੱਧ ਹੈ ਤੇ ਕਰਨੀ ਹੈ। ਇਹਨਾਂ ਮੁਸ਼ਕਿਲਾਂ ਦੇ ਵਿੱਚ ਇੱਕ ਬਹੁਤ ਵੱਡੀ ਮੁਸ਼ਕਿਲ ਹੈ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਦੀ। ਸੋ ਅਸੀਂ ਉਸ ਦੇ ਵਿੱਚ ਕਾਫੀ ਰਾਹਤ ਦੇਣਾ ਚਾਹੁੰਦੇ ਹਾਂ, ਜਿਹੜੀਆਂ ਇੱਕ ਦੋ ਕਿਸਤਾਂ ਦੇ ਵਿੱਚ ਅਸੀਂ ਵਾਰ ਵਾਰ ਮੀਟਿੰਗ ਕਰਕੇ ਡਿਸਕਸ ਕਰਕੇ ਇਹ ਰਾਹਤਾਂ ਦੇਵਾਂਗੇ। ਸਭ ਤੋਂ ਵੱਡੀ ਜਿਹੜੀ ਸਮੱਸਿਆ ਮੈਂ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਜਾ ਕੇ ਦੇਖੀ ਹੈ ਉਹ ਇਹ ਹੈ ਕਿ ਬਹੁਤ ਸਾਰੇ ਲੋਕਾਂ ਦੇ ਬਿੱਲ ਜ਼ਿਆਦਾ ਆਉਣ ਕਰਕੇ ਉਹ ਜਮ੍ਹਾਂ ਨਹੀਂ ਕਰਾ ਪਾਏ ਤੇ ਉਹਨਾਂ ਦੇ ਮੀਟਰ ਕੱਟ ਗਏ। ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਬਿਨਾਂ ਬਿਜਲੀ ਦੇ ਰਹਿ ਰਹੇ ਹੈ ਕੁਛ ਬੰਦੇ ਜਿਹਨੇ ਮੇਰੇ ਦਿਲ ਨੂੰ ਬਹੁਤ ਕੁੰਭਿਆ। ਮੈਨੂੰ ਦੁੱਖ ਹੋਇਆ ਇਸ ਚੀਜ਼ ਦਾ ਕਿ ਬਿਜਲੀ ਦਾ ਮੀਟਰ ਕੱਟਿਆ ਹੋਇਆ ਤੇ ਉਹ ਲੋਕ ਬਿਨਾਂ ਬਿਜਲੀ ਤੋਂ ਰਹਿ ਰਹੇ। ਜੋ ਸਰਕਾਰੀ ਫਿਕਰ ਮੈਨੂੰ ਦਿੱਤੀ ਗਈ ਹੈ 55,000 ਤੋਂ 1,00,000 ਦੇ ਵਿੱਚ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਕਨੈਕਸ਼ਨ ਬਿਜਲੀ ਦਾ ਬਿੱਲ ਨਾ ਦੇਣ ਕਰਕੇ ਕੱਟੇ। ਸੋ ਉਹਦੇ ਵਾਸਤੇ ਅੱਜ ਅਸੀਂ ਆਪਣੀ ਕੈਬਨਿਟ ਦੇ ਵਿੱਚ ਵਿਸਤਾਰ ਪੂਰਵਕ ਵਿਚਾਰ ਕੀਤਾ ਹੈ। 2 ਕਿਲੋਵਾਟ ਤੱਕ ਜਿਹੜਾ ਕੰਜ਼ਿਊਮਰ ਹੈ ਉਹ 53,00,000 ਹੈ ਪੰਜਾਬ ਦੇ ਵਿੱਚ। ਟੋਟਲ 72,00,000 ਕੰਜ਼ਿਊਮਰ ਹੈ। ਸੋ ਲਗਭਗ 75-80% ਕੰਜ਼ਿਊਮਰ ਹੈ ਜਿਹੜਾ ਉਹ 2 ਕਿਲੋਵਾਟ ਦੇ ਵਿੱਚ ਵਿੱਚ ਆ ਜਾਂਦਾ ਹੈ। ਤੇ ਮੈਂ ਜੋ ਸਰਵੇ ਕਰਾਇਆ ਜੋ ਮੈਂ ਦੇਖਿਆ ਇਹ ਜਿਹੜੇ 2 ਕਿਲੋਵਾਟ ਤੱਕ ਦਾ ਕੰਜ਼ਿਊਮਰ ਹੈ ਇਹ ਜ਼ਿਆਦਾ ਡਿਫੋਲਟਰ ਹੈ, ਇਸ ਤੋਂ ਬਿੱਲ ਨਹੀਂ ਦੇ ਪਾ ਰਹੇ, ਇਹਨਾਂ ਦੇ ਕਨੈਕਸ਼ਨ ਕੱਟੇ ਗਏ। ਸੋ ਅੱਜ ਅਸੀਂ ਫੈਸਲਾ ਕੀਤਾ ਹੈ ਕਿ 2 ਕਿਲੋਵਾਟ ਦੇ ਕੰਜ਼ਿਊਮਰ ਦੇ 2 ਕਿਲੋਵਾਟ ਦੇ ਤੱਕ ਦੇ, ਚਾਹੇ ਉਹਦਾ 1 ਕਿਲੋਵਾਟ ਲੋਡ ਹੈ, ਚਾਹੇ ਉਹਦਾ 500 ਵਾਟ ਲੋਡ ਹੈ, ਚਾਹੇ 1.5 ਕਿਲੋਵਾਟ ਲੋਡ ਹੈ, 2 ਕਿਲੋਵਾਟ ਤੱਕ ਦੇ ਕੰਜ਼ਿਊਮਰ ਜਿੰਨੇ ਹੈਗੇ ਹੈ ਪੰਜਾਬ ਦੇ ਵਿੱਚ, ਜਿਹੜੇ ਕਿ ਲਗਭਗ 80% ਹੈ ਜਾਂ 75% ਹੈ ਟੋਟਲ ਆਬਾਦੀ ਦੇ, ਉਹਨਾਂ ਦਾ ਪਿਛਲਾ ਜਿਹੜਾ ਬਿੱਲ ਆਇਆ ਹੈ ਉਹਨਾਂ ਦਾ, ਉਹਦੇ ਵਿੱਚ ਇੱਕ ਤਾਂ ਪਿਛਲੇ ਮਹੀਨੇ ਦਾ ਬਿੱਲ ਲਿਖਿਆ ਹੋਇਆ, ਇੱਕ ਬਕਾਏ ਲਿਖੇ ਵੀ ਹੈ ਵੀ ਤੁਸੀਂ ਇੰਨੇ ਦੇ ਡਿਫਾਲਟਰ ਹੋ। ਉਹ ਬਕਾਇਆ ਸਾਰਾ ਉਹਨਾਂ ਲੋਕਾਂ ਦਾ ਅਸੀਂ ਭਰਾਂਗੇ, ਅਸੀਂ ਸਰਕਾਰ ਨੇ ਫੈਸਲਾ ਕਰ ਲਿਆ, ਸਰਕਾਰ ਉਹਨਾਂ ਦਾ ਭਰੇਗੀ ਤੇ ਨਾਲ ਜਿਨ੍ਹਾਂ ਦੇ ਬਿਜਲੀ ਦੇ ਕਨੈਕਸ਼ਨ ਇਸ ਕਰਕੇ ਕੱਟੇ ਗਏ ਕਿ ਜੀ ਉਹ ਡਿਫਾਲਟਰ ਸੀਗੇ, ਉਹਨਾਂ ਦੇ ਪੈਸੇ ਨਹੀਂ ਜਮ੍ਹਾਂ ਕਰਾ ਹੋਏ, ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਦੁਬਾਰੇ ਲਗਾ ਦਿੱਤੇ ਜਾਣਗੇ ਬਿਨਾਂ ਕੋਈ ਪੈਸਾ ਲਏ। 1,500 ਰੁਪਇਆ ਫੀਸ ਹੈ ਦੁਬਾਰੇ ਕਨੈਕਸ਼ਨ ਲਵਾਉਣ ਦੀ, ਉਹ ਵੀ ਉਹਨਾਂ ਦੀ ਅਸੀਂ ਭਰਾਂਗੇ, ਉਹਨਾਂ ਨੂੰ ਕੋਈ ਭਰਨ ਦੀ ਲੋੜ ਨਹੀਂ। 55,00,000 ਪਰਿਵਾਰ ਹੈ, 53,00,000 ਜਿਨ੍ਹਾਂ ਦੇ 2 ਕਿਲੋਵਾਟ ਤੱਕ ਦਾ ਲੋਡ ਹੈ ਸਾਡੇ ਸਰਕਾਰੀ ਫਿਕਰਾਂ ਦੇ ਅਨੁਸਾਰ। ਡਿਫਾਲਟਰ ਉਹਨਾਂ ਦੇ ਜਿਹਨਾਂ ਕੋਈ ਵੀ ਡਿਫਾਲਟਰ ਹੈ ਜੇ 1 ਰੁਪਈਏ ਦਾ, ਚਾਹੇ ਉਹ 5,000 ਦਾ, ਚਾਹੇ 50,000 ਦਾ, ਮੈਂ ਦੇਖਿਆ ਕਈ ਤਾਂ 70-70,000 ਦੇ, 1-1,00,000 ਦੇ, 2-2,00,000 ਦੇ ਬਿੱਲ ਚੱਕੀ ਬਿੜਦੇ, ਕਿੱਥੇ ਤੇ ਭਰੇਗਾ ਗਰੀਬ ਆਦਮੀ। ਅਪਰੋਕਸੀਮੇਟਲੀ ਕਿੰਨਾ ਲੋਡ ਪਏਗਾ ਇਹ ਲੋਡ? ਅਪਰੋਕਸੀਮੇਟਲੀ 1,200 ਕਰੋੜ ਰੁਪਏ ਦੇ ਲਗਭਗ ਪੰਜਾਬ ਸਰਕਾਰ ਨੂੰ ਪੈਣਾ, ਅਜੇ ਇਸ ਤੋਂ ਜ਼ਿਆਦਾ ਹੋ ਸਕਦਾ ਹੈ। ਜਿਹੜਾ ਪਿਛਲਾ ਬਿੱਲ ਆਇਆ ਕਿਸੇ ਦਾ ਉਹਦੇ ਜਿਹੜਾ ਬਕਾਇਆ ਲੱਗ ਕੇ ਆਇਆ ਉਹ ਸਾਰਾ ਮਾਫ਼।